ਬਾਰਡਰ ਦੇ ਉੱਤੇ ਜਿੱਥੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਰਲ ਕੇ ਸੰਯੁਕਤ ਕਿਸਾਨ ਮੋਰਚਾ ਖੋਲਿਆ ਹੋਇਆ ਹੈ ਤੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਬੜੇ ਲੰਮੇ ਸਮੇਂ ਤੋਂ ਸਾਰੇ ਕਿਸਾਨ ਇੱਥੇ ਬੈਠੇ ਆ। ਸੋ ਇੱਥੇ ਸੰਯੁਕਤ ਮੋਰਚੇ ਦੇ ਚੱਲ ਰਹੇ ਮੋਰਚੇ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਉਹਨਾਂ ਵੱਲੋਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜਿੱਥੇ ਗੁਰੂ ਕੇ ਲੰਗਰ ਚੱਲ ਰਹੇ ਆ, ਮੈਡੀਕਲ ਕੈਂਪ ਚੱਲ ਰਹੇ ਆ। ਸੋ ਅੱਜ ਸਿੰਘ ਸਾਹਿਬ ਜੀ ਲੰਗਰਾਂ ਦੇ ਵਿੱਚ ਪਹੁੰਚੇ ਆ ਔਰ ਲਗਾਤਾਰ ਜਦੋਂ ਤੋਂ ਇਹ ਮੋਰਚਾ ਚੱਲ ਰਿਹਾ ਉਸ ਵੇਲੇ ਤੋਂ ਸਿੰਘ ਸਾਹਿਬ ਜੀ ਵੱਲੋਂ ਲਗਾਤਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਸੋ ਸਿੰਘ ਸਾਹਿਬ ਜੀ ਸਾਡੇ ਨਾਲ ਖਲੋਤੇ ਹਨ। ਸੋ ਉਹਨਾਂ ਨੂੰ ਬੇਨਤੀ ਹੈ ਕਿ 2 ਮਿੰਟ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਜੀ। ਮਾਨਯੋਗ ਸਿੰਘ ਸਾਹਿਬ ਜਸਵੀਰ ਸਿੰਘ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਹੈ। ਸਾਰੀ ਦੁਨੀਆ ਦੇ ਵਿੱਚ ਸਿੱਖ ਸੰਗਤਾਂ ਨੇ ਅਵਤਾਰ ਦਿਹਾੜਾ ਮਨਾਇਆ ਹੈ। ਸ਼ੰਭੂ ਬਾਰਡਰ 'ਤੇ ਵੀ ਅੱਜ ਸੰਗਤਾਂ ਨੇ ਅਵਤਾਰ ਦਿਹਾੜਾ ਮਨਾਇਆ ਹੈ। ਵਿਸ਼ੇਸ਼ ਤੌਰ 'ਤੇ ਇੰਟਰਨੈਸ਼ਨਲ ਪੰਥਕ ਦਲ ਦੇ ਲੰਗਰ ਵਿੱਚ ਇੱਥੇ ਕੜਾਹ ਪ੍ਰਸ਼ਾਦ ਵਰਤਾਏ ਗਏ। ਸਾਰੀਆਂ ਸੰਗਤਾਂ ਨੇ ਸਹਿਯੋਗ ਦੇ ਨਾਲ ਸਤਿਗੁਰੂ ਜੀ ਦਾ ਅਵਤਾਰ ਦਿਹਾੜਾ ਮਨਾਇਆ। ਸਾਰੀਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜਿਨ੍ਹਾਂ ਸਤਿਗੁਰਾਂ ਨੇ ਮੀਰੀ ਅਤੇ ਪੀਰੀ ਦੀਆਂ ਸ੍ਰੀ ਸਭਾ ਪਹਿਨ ਕੇ ਜ਼ੁਲਮ ਦਾ ਨਾਸ਼ ਕੀਤਾ, ਧਰਮ ਅਤੇ ਰਾਜਨੀਤੀ ਨੂੰ ਇਕੱਤਰ ਕਰਕੇ ਧਰਮ ਨੂੰ ਧਰਮ ਦੇ ਅਧੀਨ ਰਾਜਨੀਤੀ ਨੂੰ ਲਿਆਂਦਾ। ਇਹ ਸਤਿਗੁਰੂ ਦੀ ਦੇਣ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਅੱਜ ਅਵਤਾਰ ਦਿਹਾੜਾ ਹੈ। ਬਾਕੀ ਸਾਧ ਸੰਗਤ ਜੀ, ਜੋ ਪਿਛਲੇ 7 ਮਹੀਨੇ ਤੋਂ ਇੱਥੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੇ ਮੋਰਚਾ ਲਾਇਆ ਹੋਇਆ ਹੈ, ਜੋ ਕਾਲੇ ਕਾਨੂੰਨ ਗੌਰਮੈਂਟ ਨੇ ਖੇਤੀ ਦੇ ਸੰਬੰਧ ਵਿੱਚ ਲਿਆਂਦੇ ਆ ਉਹਨਾਂ ਨੂੰ ਵਾਪਸ ਕਰਾਉਣ ਵਾਸਤੇ ਵੱਖ ਵੱਖ ਨਗਰਾਂ, ਪਿੰਡਾਂ, ਜ਼ਿਲ੍ਹਿਆਂ, ਸਟੇਟਾਂ ਤੋਂ ਸੰਗਤਾਂ ਨੇ ਬੜੀ ਤਹੱਮਲ ਦੇ ਨਾਲ, ਬੜੇ ਹੌਸਲੇ ਦੇ ਨਾਲ, ਬੜੀ ਸ਼ਾਂਤਮਈ ਢੰਗ ਦੇ ਨਾਲ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਕਰ ਰਹੇ ਹਨ। ਸੋ ਉਦੋਂ ਤੋਂ ਲੈ ਕੇ ਹੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਗੁਰੂ ਕੇ ਲੰਗਰ ਚੱਲ ਰਹੇ ਹਨ, ਨਾਲ ਮੈਡੀਕਲ ਕੈਂਪ ਚੱਲ ਰਿਹਾ ਹੈ। ਸੋ ਹੁਣ ਵੀ ਦਾਸ ਨੂੰ ਜੋ ਸਾਡੇ ਇੱਥੇ ਬਹੁਤ ਹੀ ਸਤਿਕਾਰਯੋਗ ਡਾਕਟਰ NS ਹੁਸ਼ਿਆਰਪੁਰ ਜੋ ਬੜੇ ਚੜ੍ਹਦੀ ਕਲਾ ਦੇ ਨਾਲ ਸੇਵਾਵਾਂ ਨਿਭਾ ਰਹੇ ਹਾਂ, ਉਹਨਾਂ ਨੇ ਮੈਨੂੰ ਕੁਝ ਲਿਸਟਾਂ ਭੇਜੀਆਂ ਸੀ ਕਿ ਆਹ ਦਵਾਈਆਂ ਚਾਹੀਦੀਆਂ ਹਨ। ਸੋ ਕੱਲ੍ਹ ਅਸੀਂ ਦਵਾਈਆਂ ਲੈ ਕੇ ਇੱਥੇ ਪਹੁੰਚੇ ਹਾਂ, ਸਾਰੇ ਹਾਲਾਤ ਵੇਖੇ ਆ। 2-3 ਵਾਰੀ ਇੱਥੇ ਤੂਫਾਨ ਆਇਆ ਜਿਹਦੇ ਨਾਲ ਇਹ ਕੈਂਪ ਪੱਟੇ ਗਏ, ਟੈਂਟ ਪੱਟੇ ਗਏ, ਲੰਗਰ ਦੀਆਂ ਚਾਦਰਾਂ ਪੱਟੀਆਂ ਗਈਆਂ ਸੀ, ਉਹ ਸਾਰਿਆਂ ਦੀ ਮੁਰੰਮਤ ਕੀਤੀ। ਕਿਉਂਕਿ ਜਦੋਂ ਅਸੀਂ ਬੈਠੇ ਹੀ ਰੜੇ ਮੈਦਾਨ ਹੈ ਅਤੇ ਫਿਰ ਹਾਲਾਤ ਦੇ ਨਾਲ, ਮੌਸਮ ਦੇ ਨਾਲ ਵੀ ਉਸੇ ਤਰ੍ਹਾਂ ਦੀ ਨਾਲ ਟੱਕਰ ਲੈਣੀ ਪੈਂਦੀ ਹੈ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ। ਪਰ ਇਹ ਸਾਰੇ ਜ਼ਿਮੀਂਦਾਰ ਨੇ, ਖੇਤਾਂ ਵਿੱਚ ਰਹਿਣ ਵਾਲੇ ਆ, ਇਹਨਾਂ ਨੂੰ ਪਰਵਾਹ ਕੋਈ ਨਹੀਂ। ਸੋ ਦਾਸ ਸਾਰੀਆਂ ਹੀ ਸੰਗਤਾਂ ਦਾ ਜੋ ਵੱਖ ਵੱਖ ਨਗਰਾਂ, ਪਿੰਡਾਂ ਤੋਂ ਬੜੀ ਚੜ੍ਹਦੀ ਕਲਾ ਦੇ ਨਾਲ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਵਾਰੀ ਵਾਰੀ, ਸੋ ਉਹਨਾਂ ਸਾਰਿਆਂ ਦਾ ਦਾਸ ਤਹਿ ਦਿਲੋਂ ਧੰਨਵਾਦ ਕਰਦਾ। ਇਹ ਕੋਈ ਸੌਖਾ ਕੰਮ ਨਹੀਂ ਕਿ ਆਪਣੇ ਘਰ ਬਾਰ ਛੱਡ ਕੇ ਅੱਜ 45 ਡਿਗਰੀ ਸੈਂਟੀਗ੍ਰੇਡ ਦੇ ਉੱਪਰ ਜੋ ਗਰਮੀ ਪਹੁੰਚੀ ਹੈ ਅਤੇ ਇੱਥੇ ਨੇੜੇ ਥੇੜੇ ਤੁਹਾਨੂੰ ਕੋਈ ਦਰਖਤ ਨਹੀਂ ਦਿਸਦਾ, ਇੰਨੀ ਧੁੱਪ ਦੇ ਵਿੱਚ ਲੋਅ ਦੇ ਵਿੱਚ ਬੈਠ ਕੇ ਬੜੀ ਸ਼ਾਂਤਮਈ ਢੰਗ ਦੇ ਨਾਲ ਜਾਪ ਕਰਨਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ ਔਰ ਇਸ ਤਹੱਮਲ ਦੇ ਨਾਲ ਬੈਠੇ ਰਹਿਣਾ ਬਹੁਤ ਵੱਡੀ ਗੱਲ ਹੈ। ਸੋ ਦਾਸ ਦੁਆਰਾ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਵੀ ਧੰਨਵਾਦ ਕਰਦਾ ਹੈ ਜਿਹੜੇ ਸਮੇਂ ਸਮੇਂ ਜੋ ਵੀ ਸੇਵਾ ਲਾਈਏ, ਭਾਵੇਂ ਉਹਨਾਂ ਨੂੰ ਮੈਡੀਸਨ ਦੀ ਸੇਵਾ ਲਾਈਏ, ਭਾਵੇਂ ਲੰਗਰ ਦੀ ਸੇਵਾ ਲਾਈਏ, ਟਿਊਬਵੈੱਲ ਲੱਗੇ ਹਨ, RO ਲੱਗੇ ਹਨ, ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਇੱਥੇ ਲੈਟਰਿਨ ਬਾਥਰੂਮ ਬਣਾਏ ਗਏ ਆ ਸਾਰਿਆਂ ਦੇ। ਜਦੋਂ ਵੀ ਜਿਸ ਵੀ ਦੇਸ਼ ਵਿੱਚ ਗੁਰਮੁਖ ਪਿਆਰਿਆਂ ਨੂੰ ਸੇਵਾ ਲਾਈ ਦੀ ਹੈ, ਇੰਟਰਨੈਸ਼ਨਲ ਦੀਆਂ ਜਿੰਨੀਆਂ ਇਕਾਈਆਂ ਹਨ ਇੰਟਰਨੈਸ਼ਨਲ ਪੰਥਕ ਦਲ ਦੀਆਂ, ਬਹੁਤ ਚੜ੍ਹਦੀ ਕਲਾ ਦੇ ਵਿੱਚ ਸੇਵਾ ਨਿਭਾ ਰਹੀਆਂ। ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਸੇਵਾਵਾਂ ਵੱਖ ਵੱਖ ਸਮੇਂ 'ਤੇ ਆ ਕੇ ਕਰ ਰਹੇ ਹੈ। ਪਿਛਲੇ 10-12 ਦਿਨ ਤੋਂ ਭਾਈ ਸੱਜਣ ਸਿੰਘ ਜੀ ਮੁੱਖ ਸਲਾਹਕਾਰ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ, ਉਹ ਜੱਥਾ ਲੈ ਕੇ ਪਹੁੰਚੇ ਸਨ, ਜਿਹੜੇ ਬੜੇ ਹਰਮਨ ਪਿਆਰੇ ਨੇ ਇਸ ਸੰਘਰਸ਼ ਦੇ ਵਿੱਚ। ਸਾਰੀਆਂ ਸੰਗਤਾਂ ਬੜਾ ਪ੍ਰੇਮ ਕਰਦੀਆਂ ਕਿਉਂਕਿ ਉਹ ਨਿਤਨੇਮ ਕਰਦੇ ਆ, ਬਾਣੀ ਪੜ੍ਹਦੇ ਆ, ਇਤਿਹਾਸ ਸੁਣਾਉਂਦੇ ਆ,
ਸੰਗਤਾਂ ਦਾ ਇਹਦੇ ਨਾਲ ਹੋਰ ਮਨੋਬਲ ਉੱਚਾ ਹੁੰਦਾ ਹੈ। ਅੱਜ ਉਹਨਾਂ ਦੀ ਇੱਥੇ ਰਵਾਨਗੀ ਹੈ। ਅੱਜ ਭਾਈ ਬੂਟਾ ਸਿੰਘ ਹੁਣੀ ਇਸੇ ਤਰ੍ਹਾਂ ਰੋਡੇ ਨਗਰ ਤੋਂ ਸੰਗਤਾਂ ਦਾ ਜੱਥਾ ਲੈ ਕੇ ਇੱਥੇ ਪਹੁੰਚੇ ਹੈ। ਉਹ ਇੱਥੇ ਰਹਿਣਗੇ ਹੁਣ ਕੁਛ ਸਮੇਂ ਵਾਸਤੇ। ਭਾਈ ਸੱਜਣ ਸਿੰਘ ਜੀ ਨੂੰ ਸਿਰੋਪੋ ਦੇ ਨਾਲ ਧੰਨਵਾਦ ਕਰਕੇ ਅੱਜ ਵਧਾਈ ਦਿੱਤੀ ਜਾਵੇਗੀ। ਇਹਨਾਂ ਦੀਆਂ ਸੇਵਾਵਾਂ ਲਈ ਧੰਨਵਾਦ ਹੈ, ਕਿਉਂਕਿ ਇਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਸੇਵਾਵਾਂ ਨਿਭਾਈਆਂ। ਇਸੇ ਤਰ੍ਹਾਂ ਜਗਰਾਉਂ ਤੋਂ, ਸੁਲਤਾਨਪੁਰ ਤੋਂ, ਹੁਸ਼ਿਆਰਪੁਰ ਤੋਂ ਵੱਖ ਵੱਖ ਜੱਥੇ ਆਉਂਦੇ ਰਹਿੰਦੇ ਆ ਇੰਟਰਨੈਸ਼ਨਲ ਪੰਥਕ ਦਲ ਦੇ, ਉਹ ਸੇਵਾਵਾਂ ਨਿਭਾਉਂਦੇ ਆ। ਸੋ ਅਰਦਾਸ ਪੂਰੇ ਪੰਜਾਬ ਦੀ ਇਕਾਈ ਦਾ ਵੀ ਧੰਨਵਾਦ ਕਰਦਾ ਹੈ। ਇਸੇ ਤਰ੍ਹਾਂ ਸਾਡੀ ਜਿਹੜੀ ਇਕਾਈ ਰਾਜਸਥਾਨ ਦੀ ਹੈ, ਉਹਨਾਂ ਨੇ ਬੜੀਆਂ ਵੱਡੀਆਂ, ਭਾਈ ਪ੍ਰਗਟ ਸਿੰਘ ਉਹਨਾਂ ਨੇ ਸੇਵਾ ਨਿਭਾਈਆਂ ਹੈ। ਇਟਲੀ ਦੀਆਂ ਸੰਗਤਾਂ ਨੇ, ਸਿੰਗਾਪੁਰ, ਕਨੇਡਾ, ਇੰਗਲੈਂਡ ਦੀਆਂ ਸੰਗਤਾਂ ਨੇ, ਸਾਰੇ ਦੇਸ਼ ਵਿਦੇਸ਼ ਦੇ NRI ਵੀਰਾਂ ਭਰਾਵਾਂ ਨੇ ਇਹਦੇ ਵਿੱਚ ਬੜੀ ਵੱਡੀ ਸ਼ਮੂਲੀਅਤ ਕੀਤੀ ਹੈ ਔਰ ਕਰ ਰਹੇ ਆ। ਸੋ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਇਸ ਮੋਰਚੇ ਨੂੰ ਚੜ੍ਹਦੀ ਕਲਾ ਬਖਸ਼ਣ, ਕਾਮਯਾਬੀ ਫਤਿਹਯਾਬੀ ਬਖਸ਼ਣ। ਜਿਹੜੀ ਇਹ ਇੰਨੀ ਘਮੰਡੀ ਸਰਕਾਰ ਹੈ, ਮੋਦੀ ਸਰਕਾਰ, ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹੀ ਸਮੱਤ ਦੇਣ ਕਿ ਜੋ ਕਿਸਾਨ ਇੱਕ ਭਗਤ ਹੁੰਦੇ, ਵੱਡੀ ਭਗਤੀ ਹੈ ਇਹਨਾਂ ਦਾ ਜਿਹੜਾ ਕਿੱਤਾ ਹੈ, ਇਹਦੇ 'ਚ ਇੱਕ ਰਾਈ ਮਾਤਰ ਵੀ ਕਰਪਸ਼ਨ ਨਹੀਂ ਹੋ ਸਕਦੀ। ਇਹ ਬਹੁਤ ਹੱਕ ਸੱਚ ਦੀ ਕਮਾਈ ਵਾਲੇ ਲੋਕ ਹੈ ਜਿਹੜੇ ਇੱਥੇ ਬੈਠੇ ਹੈ। ਮੋਦੀ ਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ। ਦੇਸ਼ ਦਾ ਪ੍ਰਧਾਨ ਮੰਤਰੀ ਹੈ, ਦੇਸ਼ ਦੇ ਵਿੱਚ ਕੋਈ ਸਮੱਸਿਆ ਖੜੀ ਹੁੰਦੀ ਹੈ ਉਹਨੂੰ ਹੱਲ ਕਰਨਾ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ। ਅਤੇ ਇਹ ਤਾਂ ਸਮੱਸਿਆ ਹੀ ਪ੍ਰਧਾਨ ਮੰਤਰੀ ਵੱਲੋਂ ਆਪ ਖੜੀ ਕੀਤੀ ਗਈ ਹੈ, ਇਹਨੂੰ ਹੱਲ ਕਰਨਾ ਤਾਂ ਹੋਰ ਵੀ ਜ਼ਿੰਮੇਵਾਰੀ ਬਣਦੀ ਹੈ। ਇਸ ਕਰਕੇ ਉਹ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਮੰਨ ਕੇ, ਇਹਨਾਂ ਦੇ ਬਹੁਤ ਫਰਾਕਦਲੀ ਦੇ ਨਾਲ ਇਹਨਾਂ ਦੀਆਂ ਮੰਗਾਂ ਮੰਨ ਕੇ ਇਹ ਸੰਘਰਸ਼ ਨੂੰ ਫਤਿਹਯਾਬੀ ਵੱਲ ਬਖਸ਼ਣ, ਸਤਿਗੁਰੂ ਜੀ ਇਹ ਕਿਰਪਾ ਕਰਨ। ਸੋ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਮੋਰਚਾ ਫਤਿਹ ਹੋਣਾ। ਇੱਥੇ ਦੀਆਂ ਸੰਗਤਾਂ ਨੂੰ ਦਾਸ ਬੇਨਤੀ ਕਰੇਗਾ, ਵੱਧ ਤੋਂ ਵੱਧ ਬਾਣੀ ਪੜ੍ਹੋ, ਨਾਮ ਜਪੋ, ਨਸ਼ੇ ਦਾ ਤਿਆਗ ਕਰੋ, ਗੁਰੂ ਨਾਲ ਜੁੜ ਕੇ ਰਵਾਂਗੇ, ਮਹਾਰਾਜ ਫਤਿਹਯਾਬੀ ਬਖਸ਼ਣਗੇ। ਸਾਰੀਆਂ ਸੰਗਤਾਂ ਦਾ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਦਾਸ ਬੇਨਤੀ ਕਰੇਗਾ ਜਿਹਨਾਂ ਜਿਹੜੇ ਜੱਥੇ ਨੇ ਇੱਥੇ ਸੇਵਾ ਸੰਭਾਲਣੀਆਂ ਹੈ, ਭਾਈ ਭਜਨ ਸਿੰਘ ਜੀ, ਭਾਈ ਬੂਟਾ ਸਿੰਘ ਜੀ, ਉਹ ਆਪਣੇ ਵੱਲੋਂ ਭਾਈ ਸੱਜਣ ਸਿੰਘ ਅਤੇ ਉਹਨਾਂ ਦੇ ਸੁੱਤਰ ਨੂੰ ਸਰੋਪਾ ਬਖਸ਼ ਕੇ ਅੱਜ ਵਧਾਈ ਦੇਣਗੇ। ਬੋਲੇ ਸੋਨਿਆ ਵੱਡੀ ਪੱਧਰ 'ਤੇ ਸਿਦਕ ਦਿਲੀ ਦੇ ਨਾਲ ਸੇਵਾ ਨਿਭਾਈ ਹੈ। ਰੋਜ਼ ਹੀ ਲੰਗਰ ਤਿਆਰ ਕਰਨਾ, ਵਰਤਾਉਣਾ ਸੰਗਤਾਂ ਨੂੰ, ਇਹ ਗੁਰੂ ਸਾਹਿਬ ਨੇ ਜੋ ਲੰਗਰ ਪ੍ਰਥਾ ਇਸੇ ਕਰਕੇ ਮਾਈਆਂ ਰੱਬ ਰਜਾਈਆਂ ਮਾਰੇ ਨੇ ਕਿਹਾ। ਸੋ ਇਸ ਕਰਕੇ ਭਾਈ ਬੀਬੀਆਂ ਦਾ ਵੀ ਇਸ ਅੰਦੋਲਨ ਦੇ ਵਿੱਚ ਵੱਡਾ ਯੋਗਦਾਨ ਹੈ ਅਤੇ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ। ਅੱਜ ਵੀ ਜਿਹੜੀਆਂ ਬੀਬੀਆਂ ਹੁਸ਼ਿਆਰਪੁਰ ਤੋਂ ਆਈਆਂ ਅਤੇ ਇਹਨਾਂ ਦਾ ਤਿਹਾਣਾ ਨਗਰ ਹੈ, ਤਿਹਾਣੇ ਨਗਰ ਤੋਂ ਜਿੰਨੀਆਂ ਵੀ ਬੀਬੀਆਂ ਇੱਥੇ ਪਹੁੰਚੀਆਂ, ਸਾਰੀਆਂ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਸਾਰਿਆਂ ਦੀ ਇਹ ਸੇਵਾ ਲੇਖੇ ਵਿੱਚ ਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਿੰਘ ਸਾਹਿਬ ਜੀ ਤੋਂ ਮਾਫ਼ੀ ਮੰਗ ਕੇ, ਮੈਂ ਥੋੜ੍ਹਾ ਜਿਹਾ ਢਿੱਲਾ ਗਿਆ, ਮੈਂ ਵੀਡੀਓ ਬਣਾਈ ਹੈ। ਕਰੋਨਾ ਤੋਂ ਭੱਜਦੇ ਨੇ ਲੋਕ, ਨਾ ਕੋਈ ਰਿਸ਼ਤੇਦਾਰ ਦੇ ਘਰ ਜਾਂਦਾ, ਨਾ ਲਿਆਉਂਦੇ। ਮੈਨੂੰ ਕਿਸੇ ਨੇ ਮਾੜੀ ਸ਼ਿਕਾਇਤ ਕਰਤੀ ਕਿ ਕਰੋਨਾ ਹੈ, ਸਿੰਘ ਸਾਹਿਬ ਜੀ ਉਸੇ ਟਾਈਮ 'ਤੇ ਮੈਨੂੰ ਬੁਲਾਇਆ, ਮੇਰੇ ਘਰ ਦੇ ਵੀ ਖਿਲਾਫ਼ ਹੋ ਗਏ, ਤੂੰ ਨਹੀਂ ਦਿੱਲੀ ਜਾਣਾ। ਸਿੰਘ ਸਾਹਿਬ ਜੀ ਕਹਿਣ ਲੱਗੇ ਨਹੀਂ ਤੂੰ ਦਿੱਲੀ ਪਹੁੰਚ, ਅਤੇ ਮੈਂ ਕਿਹਾ ਜੀ ਹੁਣ ਮੈਂ ਇੱਥੇ ਨਿਤਨੇਮ ਕਰਨਾ। ਕਹਿੰਦੇ ਤੀਸਰੇ ਦਿਨ ਤੂੰ ਉੱਠ ਕੇ ਨਿਤਨੇਮ ਕਰੇਗਾ। ਸੰਗਤ ਜੀ ਕਮਾਲ ਵਾਲੀ ਗੱਲ ਹੋ ਗਈ ਹੈ ਕਿ ਕਰੋਨਾ ਦੀ ਮੁਸ਼ਕਲ ਵੀ ਕਰਤੀ, ਇੱਥੇ ਗੁਰੂ ਨਾਨਕ ਸਾਹਿਬ ਜੀ ਆਪ ਵਰਤ ਰਹੇ ਹੈ, ਅਤੇ ਸਿੰਘ ਸਾਹਿਬ ਜੀ ਦੀ ਸਾਡੇ 'ਤੇ ਬਖਸ਼ਿਸ਼ ਹੈ, ਅਤੇ ਇਹ ਮਹਾਰਾਜ ਦੀਆਂ ਰਹਿਮਤਾਂ ਹੈ। ਜਿੱਥੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਵੀ ਇਹ ਬਖਸ਼ਿਸ਼ਾਂ ਕਰਦੇ ਹੋ, ਕਿਸਾਨ ਮੋਰਚੇ ਵਿੱਚ ਕੱਲ੍ਹ ਜਥੇਬੰਦੀਆਂ ਆਈਆਂ ਸੀ, ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਿੰਘ ਸਾਹਿਬ ਜੀ ਦਾ ਬਹੁਤ ਵੱਡਾ ਯੋਗਦਾਨ, ਮੰਜੀ ਸਾਹਿਬ ਦੀਵਾਨ ਹਾਲ ਤੋਂ ਵੀ ਇਹ ਮੋਰਚੇ ਦੀ ਵਿਚਾਰ ਜ਼ਰੂਰ ਕਰਦੇ ਬੰਗਲਾ ਸਾਹਿਬ ਜੀ ਤੋਂ ਵੀ, ਅਤੇ ਇਹਨਾਂ ਨੇ ਮੇਰੇ 'ਤੇ, ਹੋ ਸਕਦਾ ਮੈਨੂੰ ਕਰੋਨਾ ਕਰਕੇ ਅੱਜ ਮੈਂ ਨਾ ਰਹਿੰਦਾ, ਅੱਜ ਮੈਂ ਜੇ ਰਿਹਾ ਹੈ ਤਾਂ ਸਿੰਘ ਸਾਹਿਬ ਜੀ ਦੀ ਬਦੌਲਤ, ਕਿਉਂਕਿ ਇਸ ਤਰ੍ਹਾਂ ਅਰਦਾਸ ਕੀਤੀ ਸਿੰਘ ਸਾਹਿਬ ਜੀ ਹੋਣਾ ਨੇ
वड्डे ने महापुरख ने असी जन्म समझदा है ते तीजे चौथे दिन ही मैनू इन्होंने कृपा करके ठीक करता आ सेवा दे विच तुहाडे सामने जुटे हाँ। सिंह साहब जी का बहुत बहुत धन्यवाद। असी इन्ने योगे हैं नहीं जिन्नियां ये साढ़े ते बख्शिशां कर रहे हैं गुरु साहब जी की कृपा का सदका। वाहिगुरू जी का खालसा वाहिगुरू जी की फतेह। बोले सो निहाल सत श्री अकाल वाहिगुरू जी का खालसा।